ਨਮਸਕਾਰ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਰਿੰਕੀ ਐਜੂਕੇਸ਼ਨ ਵਿੱਚ ਤੇ ਅੱਜ ਆਪਾਂ ਗੱਲ ਕਰਾਂਗੇ ਪੀਐਸਪੀਸੀਐਲ ਦੁਆਰਾ ਅਸਿਸਟੈਂਟ ਲਾਈਨਮੈਨ ਦੀਆਂ 2500 ਪੋਸਟਾਂ ਤੇ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਇਸ ਵੀਡੀਓ ਵਿੱਚ ਆਪਾਂ ਜਾਣਾਂਗੇ ਕਿ ਕਦੋਂ ਤੋਂ ਅਪਲਾਈ ਹੋਣਗੇ ਫਾਰਮ ਤੇ ਕਦੋਂ ਇਹਨਾਂ ਦੀ ਲਾਸਟ ਡੇਟ ਹੈ ਤੇ ਹੋਰ ਜੋ ਛੋਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਆਪਾਂ ਉਸ ਨੂੰ ਵਿਸਤਾਰ ਨਾਲ ਦੇਖਾਂਗੇ ਤੇ ਇਸ ਭਰਤੀ ਬਾਰੇ ਡਿਟੇਲ ਚ ਜਾਣਾਂਗੇ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਇਹ ਸ਼ਾਰਟ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਵਿੱਚ ਇਹਨਾਂ ਨੇ ਦੱਸਤਾ ਕਿ ਕੋਈ 2500 ਪੋਸਟਾਂ ਤੇ ਭਰਤੀ ਆਉਣ ਵਾਲੀ ਹੈ ਤੇ ਇਸ ਦਾ ਐਡਵਰਟਾਈਜ਼ਮੈਂਟ ਨੰਬਰ CRA 301/23 ਹੋਵੇਗਾ ਠੀਕ ਹੈ ਹੋਵੇਗਾ ਕੀ ਹੈ ਇਹਦਾ ਤੇ ਇਹਦੀ ਆਫੀਸ਼ੀਅਲ ਵੈਬਸਾਈਟ ਹੈ pspcl.in ਤਾਂ ਇਹਨਾਂ ਦਾ ਆਫੀਸ਼ੀਅਲ ਨੋਟੀਫਿਕੇਸ਼ਨ ਹੈ ਤੇ ਇਹਦੇ ਫਾਰਮ ਪਰ ਨੇ ਸਟਾਰਟ ਹੋਣਗੇ 26 12 2023 ਨੂੰ ਤੇ 15 1 2024 ਇਹਦੀ ਲਾਸਟ ਡੇਟ ਹੋਵੇਗੀ ਜੋ ਫਾਰਮ ਪਰ ਨੀ ਸਟਾਰਟ ਹੋਣਗੇ ਉਹ 26 12 2023 ਤੋ ਹੋਣਗੇ ਤੇ 15 1 2024 ਇਹਨਾਂ ਦੀ ਲਾਸਟ ਡੇਟ ਹੋਵੇਗੀ ਤੇ ਨੋਟੀਫਿਕੇਸ਼ਨ ਆ ਚੁੱਕਿਆ ਹੈ ਤੇ ਸਿੱਧੀ ਸਿੱਧੀ ਗੱਲ ਕਰੀਏ ਕਿ ਭਰਤੀ ਆ ਚੁੱਕੀ ਹੈ 2500 ਪੋਸਟਾਂ ਦੀ ਭਰਤੀ ਹੈ ਅਸਿਸਟੈਂਟ ਲਾਈਨਮੈਨ ਦੀ ਇਹ ਪੋਸਟ ਹੈ ਤੇ ਬਹੁਤ ਸਾਰੇ ਜੋ ਉਮੀਦਵਾਰ ਸੀ ਇਸ ਭਰਤੀ ਦੀ ਬੇਟ ਚ ਬੈਠੇ ਸੀ ਤੇ ਉਹਨਾਂ ਲਈ ਖੁਸ਼ਖਬਰੀ ਦੀ ਗੱਲ ਹੈ ਕਿ 2500 ਪੋਸਟਾਂ ਦੇ ਸ਼ਾਰਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਡਿਟੇਲਡ ਨੋਟੀਫਿਕੇਸ਼ਨ ਇੱਕ ਦੋ ਦਿਨਾਂ ਤੱਕ ਆ ਜਾਵੇਗਾ ਉਸ ਤੋਂ ਬਾਅਦ ਆਪਾਂ ਇਸ ਦੇ ਡਿਟੇਲਡ ਨੋਟੀਫਿਕੇਸ਼ਨ ਵੀ ਦੇਖਾਂਗੇ ਤੇ ਅ ਖੁਸ਼ਕ ਤੇ ਤੁਸੀਂ ਆਪਣੀ ਤਿਆਰੀ ਵਿੱਚ ਲੱਗ ਜਾਓ ਇਹ ਬਹੁਤ ਵੱਡੀ ਭਰਤੀ ਹੈ 2500 ਪੋਸਟਾਂ ਦੀ ਭਰਤੀ ਹੈ ਅ 26 12 2023 ਤੋਂ ਇਸ ਦੇ ਫਾਰਮ ਭਰੇ ਜਾਣਗੇ 15 1 2024 ਤੱਕ ਇਸ ਦੇ ਫਾਰਮ ਦੀ ਲਾਸਟ ਡੇਟ ਹੈ 26 12 ਤੋਂ ਭਰੇ ਜਾਣਗੇ ਤੇ 15 1 ਦੀ ਲਾਸਟ ਡੇਟ ਹੈ ਅੱਧੀ ਵੀਡੀਓ ਵੀ ਸੈਨ ਹੈ ਜੇ ਤੁਹਾਡਾ ਇਸ ਭਰਤੀ ਨੂੰ ਲੈ ਕੇ ਕੋਈ ਸਵਾਲ ਹੈ ਤਾਂ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰੋ ਅਸੀਂ ਉਸ ਦਾ ਨਾਲ ਦੀ ਨਾਲ ਰਿਪਲਾਈ ਜ਼ਰੂਰ ਕਰਾਂਗੇ ਧੰਨਵਾਦ ਦੋਸਤੋ